ਵੀਡੀਓ ਦੇਖਣ ਤੋਂ ਪਹਿਲਾਂ ਸੱਚ ਦਾ ਸੁਨੇਹਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਦੇ ਆਈਕਨ ਤੇ ਜ਼ਰੂਰ ਕਲਿੱਕ ਕਰੋ। ਮੈਂ ਅਮਰਜੀਤ ਕੌਰ ਸਰਪੰਚ ਕੋਠੇ ਰਮਾਣਾ ਅਲਬੀਰ ਸਿੰਘ ਆਪਣੇ ਨਗਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੋਟਾਂ ਪਾ ਕੇ ਮੈਨੂੰ ਸਰਪੰਚ ਬਣਨ ਦਾ ਮੌਕਾ ਦਿੱਤਾ ਹੈ। ਮੈਂ ਵਾਅਦਾ ਕਰਦੀ ਹਾਂ ਕਿ ਬਾਕੀ ਰਹਿੰਦੇ ਵਿਕਾਸ ਕਾਰਜ ਪੂਰੇ ਕਰਾਂਗੀ। ਮੈਂ ਜਸਕੀਰਤ ਕੌਰ ਸਾਬਕਾ ਸਰਪੰਚ ਵਾਸੀ ਕੋਠੇ ਰਮਾਣਾ ਅਲਬੀਰ ਸਿੰਘ ਸਾਡੇ ਨਾਲ ਚੁਣੇ ਗਏ ਨਵੇਂ ਸਰਪੰਚ ਸਾਡੇ ਵੱਡੇ ਭੈਣ ਜੀ ਬੀਬੀ ਅਮਰਜੀਤ ਕੌਰ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਸਰਪੰਚ ਬਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਇਹਨਾਂ ਵੱਲੋਂ ਅਤੇ ਮੈਂ ਆਪਣੇ ਵੱਲੋਂ ਸਾਰੇ ਨਗਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੀ ਵੋਟਾਂ ਵਿੱਚ ਵੱਧ ਚੜ੍ਹ ਕੇ ਮਦਦ ਕੀਤੀ ਅਤੇ ਸਾਨੂੰ ਇੱਕ ਵਾਰ ਫਿਰ ਸੇਵਾ ਕਰਨ ਦਾ ਮੌਕਾ ਦਿੱਤਾ। ਸਾਡੀ ਪੰਚਾਇਤ ਵੱਲੋਂ ਕੀਤੇ ਗਏ ਵਿਕਾਸ ਕਾਰਜ ਜੋ ਕਿ ਤਕਰੀਬਨ 75% ਪੂਰੇ ਹੋ ਚੁੱਕੇ ਹਨ, ਬਾਕੀ ਰਹਿੰਦੇ 25% ਵਿਕਾਸ ਕਾਰਜ ਨਵੀਂ ਚੁਣੀ ਹੋਈ ਪੰਚਾਇਤ ਪੂਰਾ ਕਰੇਗੀ। ਮੈਂ ਕੋਠੇ ਰਮਾਣਾ ਅਲਵੇਲ ਸਿੰਘ ਵੱਲੋਂ ਪੰਚ ਬਣਾਇਆ ਗਿਆ ਜੀ, ਜਿਹੜੇ ਮੇਰੇ ਵੋਟਰ ਅਤੇ ਮੇਰੇ ਸਪੋਰਟਰ ਪਿੰਡ ਵਾਲੇ ਉਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ, ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮਾਤਾ ਅਮਰਜੀਤ ਕੌਰ ਸਾਡੇ ਸਰਪੰਚ, ਇਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਅਤੇ ਪਿੰਡ ਦਾ ਜੋ ਵੀ ਕੰਮ ਹੈ ਸਾਥੋਂ ਹੋ ਸਕਿਆ ਉਹ ਕਰਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਨਗਰ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੂੰ ਬਣਾਇਆ, ਅਤੇ ਭੈਣ ਜੀ ਸਰਪੰਚਣੀ ਅਮਰਜੀਤ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵਾਂਗੇ, ਸੇਵਾ ਕਰਾਂਗੇ, ਸਾਨੂੰ